ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਪੰਜਾਬ ਦੇ ਸੀਐਮ ਅਮਰਿੰਦਰ ਸਿੰਘ ਨੇ ਪਰਾਲੀ ਜਲਾਉਣ ਅਤੇ ਐਨਸੀਆਰ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੀ ਗਈ ਬੈਠਕ ਦੀ ਪੇਸ਼ਕਸ਼ ਨੂੰ ਖਾਰਿਜ ਕਰ ਦਿੱਤਾ ਹੈ। ਅਮਰਿੰਦਰ ਨੇ ਉਹਨਾਂ ਨੂੰ ਇੱਕ ਗੰਭੀਰ ਮੁੱਦੇ ਨੂੰ ਰਾਜਨੀਤਿਕ ਬਣਾਉਣ ਦੀ ਕੋਸ਼ਿਸ਼ ਕਰਨ ਤੋਂ ਮਨਾ ਕੀਤਾ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਰਾਜ ਵਿਧਾਨ ਸਭਾ ਦੁਆਰਾ ਪਾਰਿਤ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ, ਜਿਸ ਦੇ ਤਹਿਤ ਪੰਜਾਬ ਤੋਂ ਪਾਣੀ ਲੈਣ ਵਾਲੇ ਕਈ ਰਾਜ ਪੰਜਾਬ ਨੂੰ ਰਾਇਲਟੀ ਦੇਣਗੇ। ਇਸ ਕਾਨੂੰਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸੈਕਟਰੀਆਟ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ। ਗੁਰੂਗ੍ਰਾਮ ਦੇ ਛਾਤਰ ਪ੍ਰਦੁਮਨ ਦੀ ਹੱਤਿਆ ਦੇ ਸਿਲਸਿਲੇ ਵਿੱਚ ਪ੍ਰਦੁਮਨ ਦੇ ਪਿਤਾ ਨੇ ਖੁਲਾਸਾ ਕੀਤਾ ਹੈ ਕਿ ਹਰਿਆਣਾ ਦੇ ਕੈਬਿਨੇਟ ਮੰਤਰੀ ਰਾਓ ਨਰਬੀਰ ਸਿੰਘ ਨੇ ਪਰਿਵਾਰ ਦੇ ਲੋਕਾਂ ਨੂੰ ਸੀਬੀਆਈ ਜਾਂਚ ਦੀ ਮੰਗ ਕਰਨ ਤੋਂ ਮਨਾ ਕੀਤਾ ਹੈ। ਸੀਐਮ ਮਨੋਹਰ ਲਾਲ ਖੱਟਰ ਦੁਆਰਾ ਦੂਜੀ ਕਲਾਸ ਦੇ ਛਾਤਰ ਦੀ ਹੱਤਿਆ ਕੀਤੀ ਸੀਬੀਆਈ ਜਾਂਚ ਦੀ ਘੋਸ਼ਣਾ ਦੇ ਇੱਕ ਦਿਨ ਪਹਿਲਾਂ ਇਹ ਗੱਲ ਹੋਈ ਸੀ। ਹਰਿਆਣਾ ਦੇ ਬੀਜੇਪੀ ਇਕਾਈ ਦੇ ਅਧਿਆਕ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਦੀ ਜ਼ਮਾਨਤ ਯਾਚਿਕਾ ਨੂੰ ਇੱਕ ਅਦਾਲਤ ਨੇ ਚੌਥੀ ਵਾਰ ਖਾਰਿਜ ਕਰ ਦਿੱਤਾ। ਇਨ੍ਹਾਂ ਦੋਨਾਂ ਨੂੰ ਇੱਕ ਆਈਪੀਐਸ ਅਧਿਕਾਰੀ ਦੀ ਬੇਟੀ ਦਾ ਪਿੱਛਾ ਕਰਨ ਅਤੇ ਅਪਹਰਣ ਦਾ ਯਤਨ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਐਨਸੀਆਰ ਵਿੱਚ ਫੈਲੇ ਹਵਾ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਫੌਰਨ ਕਦਮ ਚੁੱਕਣ ਲਈ ਦਾਇਰ ਇੱਕ ਯਾਚਿਕਾ ਉੱਤੇ ਕੇਂਦਰ ਅਤੇ ਦਿੱਲੀ, ਹਰਿਆਣਾ, ਪੰਜਾਬ ਅਤੇ ਯੂਪੀ ਦੀ ਸਰਕਾਰਾਂ ਤੋਂ ਪ੍ਰਤੀਕਿਰਿਆ ਮੰਗੀ ਹੈ। 14 ਨਵੰਬਰ ਨੂੰ ਪ੍ਰਦਿਮਨ ਫਾਊਂਡੇਸ਼ਨ ਟਰੱਸਟ ਦੁਆਰਾ ਦੇਸ਼ਵਿਆਪੀ ਬਾਲ ਸੁਰੱਖਿਆ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦਾ ਨਾਮ ਪ੍ਰਦਿਮਨ ਠਾਕੁਰ ਦੇ ਨਾਮ ਉੱਤੇ ਹੀ ਰੱਖਿਆ ਗਿਆ, ਜਿਸ ਦੀ ਹੱਤਿਆ 8 ਸਪਤੰਬਰ ਨੂੰ ਰਾਇਲ ਇੰਟਰਨੈਸ਼ਨਲ ਸਕੂਲ ਦੇ ਪਰਿਸਰ ਵਿੱਚ ਹੋਈ ਸੀ। ਗੁਰੂਗ੍ਰਾਮ ਵਿੱਚ ਸਰਕਾਰ ਦੁਆਰਾ ਚਲਾਏ ਜਾਣ ਵਾਲੇ ਸਿਵਲ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ N95 ਦੇ ਮਾਸਕ ਨਿਸ਼ੁਲਕ ਵੰਡੇ ਗਏ। ਪ੍ਰਦੂਸ਼ਣ ਦੇ ਖਤਰਨਾਕ ਸਤਰ ਨੂੰ ਦੇਖਦੇ ਹੋਏ ਜਾਗਰੂਕਤਾ ਵਧਾਉਣ ਦੇ ਲਈ ਅਤੇ ਸਵਾਸਥਯ ਉੱਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਦੇ ਲਈ ਇਹ ਕਦਮ ਚੁੱਕਿਆ ਗਿਆ। ਮੰਗਲਵਾਰ ਦੀ ਸਵੇਰ NCR ਵਿੱਚ ਮੀਡੀਅਮ ਸਤਰ ਦਾ ਕੋਹਰਾ ਦੇਖਿਆ ਗਿਆ ਅਤੇ ਨਿਊਨਤਮ ਤਾਪਮਾਨ 14.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰੀ ਭਾਰਤ ਵਿੱਚ ਛਾਏ ਕੋਹਰੇ ਦੇ ਕਾਰਨ ਘੱਟ ਤੋਂ ਘੱਟ 118 ਗੱਡੀਆਂ ਲੇਟ ਹੋ ਗਈਆਂ। 34 ਗੱਡੀਆਂ ਦਾ ਟਾਈਮ ਬਦਲਿਆ ਗਿਆ ਅਤੇ 10 ਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਪਦਮਾਵਤੀ ਦੇ ਵਿਰੋਧੀ ਵਿੱਚ ਉਤਰ ਆਏ ਹਨ ਅਤੇ ਉਹਨਾਂ ਨੇ ਸੈਂਸਰ ਬੋਰਡ ਤੋਂ ਇਸ ਦੇ ਰਿਲੀਜ਼ ਉੱਤੇ ਰੋਕ ਲਗਾਉਣ ਦੇ ਲਈ ਕਿਹਾ ਹੈ। ਉਹਨਾਂ ਨੇ ਕਿਹਾ ਕਿ ਇੰਨੇ ਉੱਚ ਚਰਿੱਤਰ ਵਾਲੀ ਰਾਜਕੁਮਾਰੀ ਨੂੰ ਸਾਰਜਨਿਕ ਰੂਪ ਤੋਂ ਅਜਿਹਾ ਡਾਂਸ ਕਰਦੇ ਦਿਖਾ ਕੇ ਰਾਜਕੁਮਾਰੀ ਦਾ ਅਪਮਾਨ ਕੀਤਾ ਗਿਆ ਹੈ। ਅਭਿਨੇਤਰੀ ਤਾਪਸੀ ਪੰਨੂ ਨੇ ਪੰਜਾਬ ਵਿੱਚ ਭਾਰਤੀ ਰਾਸ਼ਟਰੀ ਹਾਕੀ ਟੀਮ ਦਾ ਸਾਬਕਾ ਕਪਤਾਨ ਸੰਦੀਪ ਸਿੰਘ ਉੱਤੇ ਆਧਾਰਿਤ ਬਾਇਓਪਿਕ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਅੰਗਦ ਬੇਦੀ ਵੀ ਸ਼ਾਮਿਲ ਹਨ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।